ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਨਾਭਾ ਸ਼ਹਿਰ ਦੇ ਸਰਕੂਲਰ ਰੋਡ ਤੇ ਸਥਿਤ ਗਰਗ ਸੈਨੇਟਰੀ ਸਟੋਰ ਵਿੱਚ ਚੋਰਾਂ ਵੱਲੋਂ ਲਾਇਆ ਪਾੜ, ਵੱਡੀ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ। ਚੋਰਾਂ ਵੱਲੋਂ ਸਟੋਰ ਦੀ ਬੈਕ ਸਾਈਡ ਤੇ ਕੋਠੇ ਉੱਪਰ ਪਾੜ ਲਾ ਕੇ ਸਟੋਰ ਦੇ ਵਿੱਚ ਐਂਟਰੀ ਕੀਤੀ। ਪਹਿਲਾਂ ਚੋਰਾਂ ਨੇ ਸਟੋਰ ਵਿੱਚ ਲੱਗੇ 5 CCTV ਕੈਮਰਿਆਂ ਨੂੰ ਤੋੜਿਆ ਅਤੇ ਬਾਅਦ ਵਿੱਚ DVR LCD ਨੂੰ ਵੀ ਤੋੜ ਦਿੱਤਾ ਅਤੇ ਫਿਰ ਸਟੋਰ ਵਿੱਚ ਪਈਆਂ ਮਹਿੰਗੀਆਂ ਮਹਿੰਗੀਆਂ ਟੂਟੀਆਂ ਨੂੰ ਚੁਰਾ ਲਿਆ ਗਿਆ, ਜਿਨ੍ਹਾਂ ਦੀ ਕੀਮਤ 30 ਤੋਂ 40 ਲੱਖ ਰੁਪਏ ਦੱਸੀ ਜਾ ਰਹੀ ਹੈ। ਚੋਰਾਂ ਵੱਲੋਂ 2 ਐਕਟਿਵਾ ਸਕੂਟੀਆਂ ਨੂੰ ਵੀ ਸਟੋਰ ਵਿੱਚੋਂ ਚੋਰੀ ਕਰ ਲਿਆ ਗਿਆ। ਚੋਰ ਜਦੋਂ ਚੋਰੀ ਕਰਕੇ ਨਿਕਲੇ ਤਾਂ ਉਹਨਾਂ ਦੇ ਹੱਥੋਂ DVR ਗਿਰ ਗਈ, ਜਿਸ ਵਿੱਚ ਉਹਨਾਂ ਦੀਆਂ ਤਸਵੀਰਾਂ ਕੈਦ ਹੋਈਆਂ। ਨੂੰ 19 ਸਾਲ ਹੋ ਗਏ ਕੰਮ ਕਰਦੇ ਨੂੰ ਅਤੇ ਕੱਲ੍ਹ ਸਵੇਰੇ ਜਦ ਅਸੀਂ ਸ਼ੋਰੂਮ ਦਾ ਸ਼ਟਰ ਖੋਲ੍ਹਿਆ ਤਾਂ ਅਸੀਂ ਦੇਖਿਆ ਕਿ ਸਾਡੇ ਸ਼ੋਰੂਮ ਦੇ ਵਿੱਚ ਸਾਰਾ ਸਮਾਨ ਇੱਧਰ ਉੱਧਰ ਬਿਖਰਿਆ ਪਿਆ। ਜੋ ਵੀ ਕੀਮਤੀ ਸਮਾਨ ਹੈ ਜਿਵੇਂ ਕਿ ਟੂਟੀਆਂ ਦਾ ਸਮਾਨ ਅਤੇ ਗੀਜ਼ਰ, ਸਾਡਾ ਹੋਰ ਕੀਮਤੀ ਸਮਾਨ ਸਭ ਚੋਰ ਚੱਕ ਕੇ ਨਾਲ ਲੈ ਗਏ ਨੇ। ਸਾਡੇ 5 CCTV ਕੈਮਰੇ, 1 LED, 1 DVR ਉਹ ਜੋ ਕਿ ਨਾਲ ਚੱਕ ਕੇ ਲੈ ਗਏ ਸੀ, ਪਰ ਵਾਪਸੀ ਜਾਂਦੇ ਹੋਏ ਰਸਤੇ 'ਚ ਉਹਨਾਂ ਤੋਂ ਗਿਰ ਗਿਆ ਜਾਂ ਰਹਿ ਗਿਆ ਗਲਤੀ ਨਾਲ। ਉਸ CCTV ਕੈਮਰੇ ਦੇ ਵਿੱਚ ਰਿਕਾਰਡਿੰਗ ਦੇ ਵਿੱਚ ਉਹਨਾਂ ਦੀਆਂ ਸ਼ਕਲਾਂ ਸਾਫ਼ ਨਜ਼ਰ ਆ ਰਹੀਆਂ ਨੇ, ਜੋ ਕਿ ਉੱਪਰ ਪੌੜੀਆਂ ਦੇ ਰਸਤੇ ਤੋਂ ਸਾਡੇ ਸ਼ੋਰੂਮ ਵਿੱਚ ਦਾਖਲ ਹੋਏ। ਦਾਖਲ ਹੋ ਕੇ ਉਹਨਾਂ ਨੇ ਸਭ ਤੋਂ ਪਹਿਲਾਂ ਸਾਡੇ ਕੈਮਰਿਆਂ ਨੂੰ ਤੋੜਿਆ ਅਤੇ ਉਹਨਾਂ ਦੀਆਂ ਸਾਰੀਆਂ ਤਸਵੀਰਾਂ, 4 ਬੰਦੇ ਸੀ ਉਹ, 4 ਨੇ ਸ਼ਕਲਾਂ CCTV ਦੇ ਵਿੱਚ ਸਾਫ਼ ਨਜ਼ਰ ਆ ਰਹੀਆਂ ਨੇ। ਅਸੀਂ ਇਸ ਸਾਰੀ ਚੋਰੀ ਦਾ ਵਾਕਾ FIR ਦਰਜ ਕਰਾ ਚੁੱਕੇ ਹਾਂ। ਕੱਲ੍ਹ ਦੁਪਹਿਰੇ ਡਿਪਟੀ ਸਾਹਿਬ, SHO ਸਾਹਿਬ ਸਾਰੇ ਉਰੇ ਮੌਕੇ 'ਤੇ ਮੌਜੂਦ ਸਨ ਅਤੇ ਫੋਰੈਂਸਿਕ ਟੀਮ ਵੀ ਪਟਿਆਲੇ ਤੋਂ ਆ ਕੇ ਆਪਣਾ ਮੁਆਇਨਾ ਕਰਕੇ ਗਈ ਹੈ। ਅਸੀਂ ਇਹ ਚਾਹੁੰਦੇ ਹਾਂ ਕਿ ਸਾਡੀ ਇਸ ਚੋਰੀ ਨੂੰ ਪੁਲਿਸ ਜਲਦੀ ਤੋਂ ਜਲਦੀ ਸਾਰਿਆਂ ਸਾਹਮਣੇ ਲਿਆਵੇ, ਬੰਦਿਆਂ ਦੇ, ਚੋਰਾਂ ਦੇ ਚਿਹਰੇ ਸਾਫ਼ ਨਜ਼ਰ ਆ ਰਹੇ ਨੇ, ਕਿਉਂਕਿ ਸਾਡਾ ਇਹ ਨਾਭੇ ਦੇ ਵਿੱਚ ਮੇਰੇ ਹਿਸਾਬ ਨਾਲ ਇਹ ਪਹਿਲੀ ਸਭ ਤੋਂ ਵੱਡੀ ਚੋਰੀ ਹੈ, ਜੋ ਕਿ ਐਵੇਂ ਇੱਕ ਮੇਨ ਰੋਡ 'ਤੇ ਜਿੱਥੇ ਕਿ ਸ਼ਹਿਰ ਦਾ ਹਰ ਇੱਕ ਬੰਦਾ ਲੰਘਦਾ ਹੈ। ਸਾਡੇ ਮੰਤਰੀ ਸਾਹਿਬ ਦੀ ਕੋਠੀ ਵੀ ਸ਼ੋਰੂਮ ਦੇ ਨਜ਼ਦੀਕ ਹੈ ਅਤੇ ਪੁਲਿਸ ਕੱਲ੍ਹ ਗਵਰਨਰ ਸਾਹਿਬ ਆਨ ਕਰਕੇ ਪੂਰੇ ਰੋਡ 'ਤੇ ਮੌਜੂਦ ਵੀ ਸੀ। ਪਰ ਇਹ ਬਹੁਤ ਵੱਡਾ ਨੁਕਸਾਨ ਹੈ ਸ਼ਹਿਰ ਲਈ, ਐਵੇਂ ਇਸ ਤਰੀਕੇ ਨਾਲ ਉਰੇ ਕੰਮ ਕਰਨਾ ਬਹੁਤ ਔਖਾ ਹੋ ਚੁੱਕਿਆ। ਚੋਰੀਆਂ ਵੱਧਦੀਆਂ ਜਾ ਰਹੀਆਂ ਅਤੇ ਸ਼ਹਿਰ ਦੇ ਵਿੱਚ ਇੰਨਾ ਚੋਰ ਜਿਹੜੇ ਉਚੱਕੇ ਹੋ ਗਏ ਨੇ, ਇੰਨਾ ਨੁਕਸਾਨ ਹੋ ਰਿਹਾ। ਇੱਕ ਆਮ ਬੰਦੇ ਨੂੰ ਬਿਜ਼ਨਸ ਕਰਨਾ ਇਸ ਟਾਈਮ ਬਹੁਤ ਔਖਾ ਹੋਇਆ ਪਿਆ ਜੀ। ਅਤੇ ਇਹ ਸਭ ਤੋਂ ਵੱਡੀ ਚੋਰੀ ਨਾਭਾ 'ਚ? ਨਾਭੇ ਦੇ ਵਿੱਚ ਹਾਂ, ਇਹਨਾਂ ਦੀ ਸਭ ਤੋਂ ਵੱਡੀ ਚੋਰੀ ਹੈ। ਇਸ ਤੋਂ ਪਹਿਲਾਂ ਇੱਕ ਸੁਣਨ 'ਚ ਆਇਆ ਸੀਗਾ ਵੀ ਸੈਂਟਰੀ ਦੇ ਹੀ ਮੇਨ ਰੋਡ 'ਤੇ ਆਪਣੇ ਦਾਣਾ ਮੰਡੀ ਦੇ ਉੱਥੇ ਉਹਨਾਂ ਇੱਕ ਚੋਰੀ ਹੋਈ ਹੈ। ਪੁਲਿਸ ਦੀ ਕੋਈ ਉਹ ਨਹੀਂ? ਪੁਲਿਸ ਦੀ ਦੇਖੋ, ਪੁਲਿਸ ਦੀ ਕੋਈ ਕਾਰਵਾਈ ਚੱਲ ਰਹੀ ਹੈ ਨਾ, ਤਾਂ ਵੀ ਇਹ ਸਮਝ ਤੋਂ ਬਾਹਰ ਹੈ। ਮਤਲਬ ਕਿ ਆਮ ਲੋਕਾਂ ਦਾ ਇਸ ਟਾਈਮ ਪੁਜੀਸ਼ਨ ਬਹੁਤ ਮਾੜੀ ਹੋਈ ਹੈ ਵਰਕ ਦੇ ਵਿੱਚ ਕੰਮ ਕਰ ਰਹੇ ਨੇ। ਕੀ ਕਾਰਨ ਕੀ ਹੈ ਜਿਹੜੀ ਚੋਰੀ ਇੰਨੀ ਹੈ, ਵਾਧਾ ਹੋ ਰਿਹਾ ਬੇਰੁਜ਼ਗਾਰੀ? ਕਾਰਨ ਤਾਂ ਆਪਾਂ ਇਹੀ ਕਹਿ ਦਿੰਦੇ ਵੀ ਬੇਰੁਜ਼ਗਾਰੀ ਹੈ ਜਾਂ ਨਸ਼ੇ ਦਾ, ਲੋਕਾਂ 'ਤੇ ਨਸ਼ਾ ਵੱਧ ਰਿਹਾ, ਉਹਦੇ ਕਰਕੇ ਲੋਕ ਚੋਰੀਆਂ ਕਰ ਰਹੇ ਹੈ, ਜਾਂ ਇਹੀ ਹੋ ਸਕਦਾ। ਇਹਨਾਂ ਦੀ ਚੋਰੀ ਹੋ ਗਈ ਜੀ, ਚੋਰੀ ਮੁਤਾਬਕ ਇਹਨਾਂ ਨੇ ਸਾਡੇ ਕੋਲ ਬਿਆਨ ਲਿਖਾ ਕੇ FIR ਦਰਜ ਹੋ ਗਈ ਜੀ। ਉਸ ਤੋਂ ਬਾਅਦ ਅਸੀਂ ਇਹ ਜਿਹੜੇ ਦੋਸ਼ੀ ਜਿਹੜੇ ਚੋਰੀ ਜਿਹਨਾਂ ਨੇ ਕੀਤੀ ਹੈ ਉਹਨਾਂ ਦੀ ਤਲਾਸ਼ ਹੀ ਕਰ ਰਹੇ ਹਾਂ ਅਸੀਂ। ਜਦੋਂ ਤਲਾਸ਼ ਹੋ ਜਾਂਦੀ ਹੈ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਕੇ ਜੋ ਮੁਕੱਦਮੇ ਦੇ ਵਿੱਚ ਹੋਊਗਾ ਅਟੈਚ ਕਰਾਂਗੇ ਜੀ। ਤਫਤੀਸ਼ ਚੱਲ ਰਹੀ ਹੈ ਜੀ, ਜਿਹੜੇ ਦੋਸ਼ੀ ਹੈ ਚੋਰ ਹੈ ਉਹਨਾਂ ਦੀ ਤਲਾਸ਼ ਜਾਰੀ ਹੈ। ਜ਼ਿਆਦਾਤਰ ਇਹਨਾਂ ਦੇ ਟੂਟੀਆਂ ਦਾ ਸਮਾਨ ਸੀ, ਜਿਹੜਾ ਪਿੱਤਲ ਦੀਆਂ ਟੂਟੀਆਂ ਵਗੈਰਾ
ਉਹ ਚੱਕ ਕੇ ਲੈ ਗਏ ਹੈ। ਕੋਈ ਦੋ ਵਹੀਕਲ ਸੀ ਇਹਨਾਂ ਦੇ ਸਕੂਟਰੀਆਂ ਦੋ, ਉਹ ਚੱਕ ਕੇ ਲੈ ਗਏ, ਨਾਲ ਕੁਛ ਕੈਸ਼ ਸੀਗੇ। ਉਹ ਚੱਲ ਰਹੀ ਹੈ ਜੀ, ਤੋੜੇ ਗਏ ਨੇ ਜੀ, ਉਹਦੇ ਵਿੱਚ ਦੇਖ ਰਹੇ ਅਸੀਂ ਫੋਟੋ ਫੋਟੋ ਕਿਹਦੀ ਕਿਹਦੀ ਨਿਕਲਦੀ ਹੈ, ਜਿਹੜੀ ਨਿਕਲਦੀ ਉਹਦੇ ਮੁਤਾਬਕ ਅਸੀਂ ਗੋਸ਼ੀ ਨੂੰ ਫੜ ਲਾਂਗੇ ਜੀ। ਰਜੇਸ਼ ਬਜਾਜ, ਦਿਵਿਆ ਪੰਜਾਬ ਟੀਵੀ, ਨਾਭਾ।